ਪਾਠ ਪੰਜਵਾਂ ਵਾਕਬੋਧ ਵਾਕ ਰਚਨਾ ਪਹਿਲਾਂ ਅੱਖਰ ਹੋਂਦ ਵਿੱਚ ਆਏ ਫਿਰ ਸ਼ਬਦ ਅਤੇ ਫਿਰ ਵਾਕ ਬਣੇ ਜਦੋਂ ਸ਼ਬਦਾਂ ਨੂੰ ਅਸੀਂ ਤਰਤੀਬ ਦੇ ਕੇ ਬੋਲਦੇ ਜਾਂ ਲਿਖਦੇ ਹਾਂ ਤਾਂ ਵਾਕ ਰਚਨਾ ਹੁੰਦੀ ਹੈ ਆ ਜਾਓ ਇਹ ਵਾਕ ਦੋ ਸ਼ਬਦਾਂ ਦਾ ਹੈ ਅਸੀਂ ਜ਼ਰੂਰ ਮਿਲਾਂਗੇ ਇਹ ਵਾਕ ਤਿੰਨ ਸ਼ਬਦਾਂ ਦਾ ਹੈ ਖਿਡਾਰੀਆਂ ਨੇ ਖੇਡ ਜਿੱਤਣ ਲਈ ਪੂਰਾ ਤਾਣ ਲਗਾ ਦਿੱਤਾ ਇਹ ਵਾਕ ਨੌਂ ਸ਼ਬਦਾਂ ਦਾ ਹੈ ਵਾਕ ਬੋਧ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਹੈ ਇਸ ਰਾਹੀਂ ਵਾਕ ਰਚਨਾ ਵਾਕ ਵੰਡ ਵਾਕ ਵਟਾਂਦਰਾ ਆਦਿ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਵਾਕ ਦੇ ਹਿੱਸੇ ਵਾਕ ਦੇ ਦੋ ਹਿੱਸੇ ਹੁੰਦੇ ਹਨ ਉਦੇਸ਼ ਵਾਕ ਵਿੱਚ ਜਦੋਂ ਕਰਤਾ ਕੋਈ ਕੰਮ ਕਰਦਾ ਹੈ ਤਾਂ ਉਹ ਵਾਕ ਦਾ ਉਦੇਸ਼ ਹੁੰਦਾ ਹੈ ਜਿਵੇਂ ਅਮਰਦੀਪ ਨੇ ਹਜ਼ਾਰਾਂ ਪੁਸਤਕਾਂ ਛਾਪੀਆਂ ਹਨ ਬੱਚਿਆਂ ਨੇ ਸਾਰਾ ਸਕੂਲ ਸਜਾ ਦਿੱਤਾ ਪਰਮੀਤ ਨੇ ਮਿਹਨਤ ਕਰਨ ਵਿੱਚ ਕੋਈ ਕਸਰ ਨਾ ਛੱਡੀ ਇਹਨਾਂ ਵਾਕਾਂ ਵਿੱਚ ਅਮਰਦੀਪ ਬੱਚਿਆਂ ਪਰਮੀਤ ਵਾਕ ਦੇ ਉਦੇਸ਼ ਹਨ ਵਿਧੇ ਵਾਕ ਦੇ ਜਿਸ ਹਿੱਸੇ ਵਿੱਚ ਕਰਤਾ ਦੇ ਕੀਤੇ ਕੰਮ ਦਾ ਵੇਰਵਾ ਹੁੰਦਾ ਹੈ ਉਹ ਵਾਕ ਦਾ ਵਿਧੇਇਕ ਪਾਉਂਦਾ ਹੈ ਜਿਵੇਂ ਚੂਹਿਆਂ ਨੇ ਸਾਰੀ ਚਾਦਰ ਕੁਤਰ ਦਿੱਤੀ ਭਗਤ ਸਿੰਘ ਨੇ ਦੇਸ਼ ਲਈ ਜਾਨ ਵਾਰੀ ਇਹਨਾਂ ਵਾਕਾਂ ਵਿੱਚ ਚਾਦਰ ਕੁਤਰ ਦੇਣੀ ਦੇਸ਼ ਲਈ ਜਾਨ ਵਾਰਨੀ ਵਾਕ ਦੇ ਵਿਧੇਯ ਹਨ ਵਾਕ ਵੰਡ ਵਾਕਾਂ ਦੀ ਵੰਡ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ ਬਣਤਰ ਦੇ ਪੱਖ ਤੋਂ ਵਾਕ ਵੰਡ ਰੂਪ ਦੇ ਪੱਖ ਤੋਂ ਵਾਕ ਵੰਡ ਬਣਤਰ ਦੇ ਪੱਖ ਤੋਂ ਵਾਕ ਵੰਡ ਬਣਤਰ ਦੇ ਪੱਖ ਤੋਂ ਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ ਸਧਾਰਨ ਵਾਕ ਮਿਸ਼ਰਿਤ ਵਾਕ ਸੰਯੁਕਤ ਵਾਕ ਸਧਾਰਨ ਵਾਕ ਇਸ ਕਿਸਮ ਦੇ ਵਾਕਾਂ ਵਿੱਚ ਇੱਕੋ ਕਿਰਿਆ ਵਾਪਰਦੀ ਹੈ ਇਸ ਦਾ ਇੱਕ ਉਦੇਸ਼ ਤੇ ਇੱਕ ਹੀ ਵਿਧੇਯ ਹੁੰਦਾ ਹੈ ਜਿਵੇਂ ਬੱਚੇ ਖੇਡ ਰਹੇ ਹਨ ਮੁੰਡੇ ਟੈਲੀਫੋਨ ਕਰਦੇ ਹਨ ਮਿਸ਼ਰਿਤ ਵਾਕ ਇਸ ਕਿਸਮ ਦੇ ਵਾਕਾਂ ਵਿੱਚ ਇੱਕ ਹੀ ਪ੍ਰਧਾਨ ਉਪਵਾਕ ਹੁੰਦਾ ਹੈ ਤੇ ਬਾਕੀ ਅਧੀਨ ਉਪਵਾਕ ਯੋਜਕਾਂ ਨਾਲ ਜੁੜੇ ਹੁੰਦੇ ਹਨ ਜਿਵੇਂ ਉਹ ਨਹੀਂ ਆ ਸਕਦੇ ਕਿਉਂਕਿ ਉਹ ਥੱਕੇ ਹੋਏ ਹਨ ਉਹ ਜਲਦੀ ਹੀ ਸਟੇਸ਼ਨ ਚਲੇ ਗਏ ਤਾਂ ਜੋ ਗੱਡੀ ਨਾ ਨਿਕਲ ਜਾਵੇ ਸੰਯੁਕਤ ਵਾਕ ਇਸ ਵਾਕ ਵਿੱਚ ਦੋ ਜਾਂ ਦੋ ਤੋਂ ਵੱਧ ਸਧਾਰਨ ਵਾਕ ਯੋਜਕਾਂ ਦੁਆਰਾ ਜੁੜੇ ਹੋਏ ਹੁੰਦੇ ਹਨ ਜਿਵੇਂ ਸਾਹਿਲ ਭੋਲਾ ਹੈ ਪਰ ਉਸਦੀ ਭੈਣ ਬੜੀ ਚਲਾਕ ਹੈ ਉਹ ਗਰੀਬ ਵੀ ਹੈ ਅਤੇ ਇਮਾਨਦਾਰ ਵੀ ਰੂਪ ਦੇ ਪੱਖ ਤੋਂ ਵਾਕ ਵੰਡ ਰੂਪ ਦੇ ਪੱਖ ਤੋਂ ਵਾਕ ਪੰਜ ਪ੍ਰਕਾਰ ਦੇ ਹਨ ਹਾਂ ਵਾਚਕ ਵਾਕ ਨਾਂ ਵਾਚਕ ਵਾਕ ਪ੍ਰਸ਼ਨ ਵਾਚਕ ਵਾਕ ਬਿਨੈ ਵਾਚਕ ਵਾਕ ਵਿਸਮੈ ਵਾਚਕ ਵਾਕ ਹਾਂ ਵਾਚਕ ਵਾਕ ਜਿਸ ਵਾਕ ਵਿੱਚ ਕਿਸੇ ਗੱਲ ਦਾ ਹਾਂ ਰੂਪ ਵਿੱਚ ਹੀ ਵਰਣਨ ਹੋਵੇ ਉਹਨਾਂ ਨੂੰ ਹਾਂ ਵਾਚਕ ਵਾਕ ਆਖਿਆ ਜਾਂਦਾ ਹੈ ਜਿਵੇਂ ਉਸਨੇ ਖੂਬ ਕੁੱਟ ਖਾਧੀ ਰਾਣੀ ਨੇ ਚਾਹ ਪੀਤੀ ਬੁੱਢੀ ਨੇ ਅਸੀਸ ਦਿੱਤੀ ਨਾਂ ਵਾਚਕ ਵਾਕ ਜਿਸ ਵਾਕ ਵਿੱਚ ਕਿਸੇ ਗੱਲ ਦਾ ਨਾਂ ਵਿੱਚ ਵਰਣਨ ਹੋਵੇ ਉਸਨੂੰ ਨਾਂ ਵਾਚਕ ਵਾਕ ਆਖਿਆ ਜਾਂਦਾ ਹੈ ਜਿਵੇਂ ਮੈਂ ਉਸਨੂੰ ਪਸੰਦ ਨਹੀਂ ਕਰਦਾ ਤੁਸੀਂ ਮੇਰੀ ਮਦਦ ਨਹੀਂ ਕੀਤੀ ਬੱਚੇ ਨੇ ਸਕੂਲ ਦਾ ਕੰਮ ਨਾ ਕੀਤਾ ਪ੍ਰਸ਼ਨਵਾਚਕ ਵਾਕ ਜਿਸ ਵਾਕ ਵਿੱਚ ਕੋਈ ਸਵਾਲ ਪੁੱਛਿਆ ਗਿਆ ਹੋਵੇ ਉਸਨੂੰ ਪ੍ਰਸ਼ਨਵਾਚਕ ਵਾਕ ਆਖਿਆ ਜਾਂਦਾ ਹੈ ਜਿਵੇਂ ਭਾਰਤ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਉਹ ਕਿੱਥੇ ਗਿਆ ਹੈ ਮਿਲਖਾ ਸਿੰਘ ਨੂੰ ਕੌਣ ਨਹੀਂ ਜਾਣਦਾ ਵਿਨੈਵਾਚਕ ਵਾਕ ਜਿਸ ਵਾਕ ਵਿੱਚ ਕਿਸੇ ਪ੍ਰਕਾਰ ਦੀ ਬੇਨਤੀ ਜਾਂ ਆਗਿਆ ਕੀਤੀ ਜਾਵੇ ਉਸਨੂੰ ਵਿਨੈਵਾਚਕ ਵਾਕ ਆਖਿਆ ਜਾਂਦਾ ਹੈ ਜਿਵੇਂ
ਕਿਰਪਾ ਕਰਕੇ ਚੁੱਪ ਕਰ ਜਾਓ। ਬੱਚੇ ਜਾ ਕੇ ਪੜ੍ਹ, ਮਿਹਰਬਾਨੀ ਕਰਕੇ ਮੇਰੇ ਕੋਲ ਆ ਜਾਓ। ਵਿਸਮੇਵਾਚਕ ਵਾਕ, ਜਿਸ ਵਾਕ ਵਿੱਚ ਖੁਸ਼ੀ, ਗਮੀ, ਹੈਰਾਨੀ, ਪ੍ਰਸ਼ੰਸਾ ਜਾਂ ਤਾੜਨਾ ਆਦਿ ਵਿੱਚੋਂ ਕੋਈ ਭਾਵ ਪ੍ਰਗਟ ਹੋਵੇ ਉਸ ਨੂੰ ਵਿਸਮੇਵਾਚਕ ਵਾਕ ਆਖਿਆ ਜਾਂਦਾ ਹੈ। ਜਿਵੇਂ, ਆਹਾ, ਮੈਨੂੰ ਨਵੀਂ ਕਮੀਜ਼ ਮਿਲੀ, ਕਾਸ਼ ਮੇਰੇ ਕੋਲ ਵੀ ਕਾਰ ਹੁੰਦੀ, ਸ਼ਾਬਾਸ਼ ਤੂੰ ਤਾਂ ਕਮਾਲ ਕਰ ਦਿੱਤਾ, ਖਬਰਦਾਰ ਜੇ ਮੁੜ ਤੋਂ ਇੱਥੇ ਆਇਆ। ਆਓ ਦੁਹਰਾਈਏ, ਵਾਕ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਹੈ। ਵਾਕ ਛੋਟਾ ਅਤੇ ਵੱਡਾ ਦੋਵੇਂ ਤਰ੍ਹਾਂ ਦਾ ਹੁੰਦਾ ਹੈ। ਵਾਕ ਰਾਹੀਂ ਕਿਸੇ ਗੱਲ ਦਾ ਭਾਵ ਬਿਲਕੁਲ ਸਪਸ਼ਟ ਹੁੰਦਾ ਹੈ। ਵਾਕ ਦੇ ਦੋ ਹਿੱਸੇ ਹੁੰਦੇ ਹਨ, ਉਦੇਸ਼ ਅਤੇ ਵਿਧੇ। ਵਾਕ ਵੰਡ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ।